Here on the mid-north coast, the industry accounts for about 80% of production for blueberries. We've seen it grow from an unknown industry probably 15 years ago to now where you know, the industry's worth some $250 million at a farm gate and wider you know, impact on the economy of more than $1 billion. ਔਸ ਗਰੁੱਪ ਜਿਹੜਾ ਹੈਗਾ ਇਹ ਪਹਿਲਾਂ ਚਾਰ ਗਰੁਆਂ ਦੀ ਪਾਰਟਨਰਸ਼ਿਪ ਦੇ ਨਾਲ ਸਨ 2000 ਦੇ ਵਿੱਚ ਬਣਿਆ ਸੀ ਉਹ ਪਾਰਟਨਰਸ਼ਿਪ ਤੋਂ ਜਦੋਂ ਉਹ ਬਹੁਤ ਸਕਸੈਸਫੁਲ ਹੋਈ ਉਹਦੇ ਕਰਕੇ ਉਹਦੇ ਵਿੱਚ ਹੋਰ ਗਰੋਏ ਜੁੜਦੇ ਰਹੇ ਨਾਲ 2013 ਦੇ ਵਿੱਚ ਕੋਆਪਰੇਟਿਵ ਸਟਰਕਚਰ ਕੀਤਾ ਜਿਹਦੇ ਕਰਕੇ ਸਾਰੇ ਗਰੋਏ ਜਿਹੜੇ ਆ ਉਹ ਸ਼ੇਅਰ ਹੋਲਡਰ ਇਸ ਕੰਪਨੀ 'ਚ ਅਤੇ ਹਿੱਸਾ ਅਤੇ ਸਾਂਝ ਪਾ ਸਕੇ ਔਸਬੇਰੀ ਇੱਕ ਸੀਜ਼ਨਲ ਵਰਕ ਹੁੰਦਾ ਹੈ ਔਰ ਇੱਥੇ ਜਦੋਂ ਔਨ ਸੀਜ਼ਨ ਹੁੰਦਾ ਹੈ ਉਦੋਂ ਸਾਡੀ ਪ੍ਰੋਡਕਸ਼ਨ ਕਾਫੀ ਗਰੋਥ ਕਰਦੀ ਆ ਉਸ ਟਾਈਮ 'ਤੇ ਸਾਨੂੰ 100 ਤੋਂ ਵੀ ਜ਼ਿਆਦਾ ਬੰਦਿਆਂ ਦੀ ਲੋੜ ਹੁੰਦੀ ਹੈ ਜਿੰਨਾ 'ਚੋਂ 50 ਤੋਂ 60 ਇੱਥੇ ਪੰਜਾਬੀ ਕਮਿਊਨਿਟੀ ਦੀਆਂ ਗਰਲਸ ਹੁੰਦੀਆਂ ਕੁੜੀਆਂ ਲੇਡੀਜ਼ ਹੁੰਦੀਆਂ '81 ਦੇ ਵਿੱਚ ਇੱਥੇ ਆਸਟ੍ਰੇਲੀਆ ਆਇਆ ਪਹਿਲਾਂ ਸਭ ਤੋਂ ਪਹਿਲਾਂ ਆਇਆ ਸਿਡਨੀ ਆਇਆ ਮੈਂ ਵੈਸੇ ਤਾਂ ਮੈਂ ਇੰਡੀਆ 'ਚ ਟੀਚਰ ਸੀ ਅਤੇ ਇੱਥੇ ਆ ਕੇ 1994 ਦੇ ਵਿੱਚ ਅਸੀਂ ਬਿੱਗ ਬਨਾਨੇ ਦੇ ਕੋਲ 10 ਏਕੜ ਅਸੀਂ ਥਾਂ ਲਿਆ ਸੀ ਬਨਾਨਾ ਲੱਗਾ ਅਤੇ ਅਸੀਂ ਗ੍ਰੀਨ ਹਾਊਸ ਵੀ ਲਾਏ ਆਟੋਸ ਕੁਛ ਕਿਊਕੰਬਰ ਦੀ ਵੀ ਟਰਾਈ ਕੀਤੇ ਟਮਾਟੋ ਵੀ ਕੀਤੇ ਉਹ ਵੀ ਕਾਮਯਾਬ ਨਹੀਂ ਹੋਏ ਬਲੂਬਰੀਆਂ ਦਾ ਅਸੀਂ ਕੋਈ 5 ਤੋਂ 13 ਸਾਲ ਪਹਿਲਾਂ ਸ਼ੁਰੂ ਕੀਤਾ ਇਹਨੂੰ ਹੌਲੀ ਹੌਲੀ ਵਧਾਉਂਦੇ ਗਏ ਹਾਂ ਹੁਣ ਸਾਡੇ ਕੋਲ ਤਕਰੀਬਨ 100 ਏਕੜ ਦੇ ਬਲੂਬਰੀ ਹੈ ਆਉਣ ਵਾਲੀ ਪੀੜ੍ਹੀ ਨੂੰ ਮੈਂ ਤਾਂ ਇਹੀ ਕਹਿੰਦਾ ਜੋ ਮੇਰੇ ਆਪਣੇ ਤਜਰਬੇ ਦੇ ਹਿਸਾਬ ਨਾਲ ਹੈ ਵੀ ਮੈਂ ਅਸੀਂ ਲਗਨ ਦੇ ਨਾਲ ਕੰਮ ਕੀਤਾ ਪ੍ਰੋਫਿਟ ਨਹੀਂ ਪਹਿਲਾਂ ਹੀ ਸੋਚਿਆ ਵੀ ਇਹ 'ਚੋਂ ਕੀ ਆਊਗਾ ਚੰਗਾ ਕਰਮ ਕਰਾਂਗੇ ਉਹਦਾ ਫਲ ਜ਼ਰੂਰ ਚੰਗਾ ਮਿਲਦਾ ਸਾਨੂੰ ਮਿਲਿਆ ਜ਼ਰੂਰ ਹੈ ਅਸੀਂ ਇਹ ਮੇਰੇ ਤਾਂ ਪਿੱਛੇ ਕਾਮਯਾਬੀ ਦਾ ਇਹੀ ਹੈ ਸਾਂਝ ਪਾ ਕੇ ਚਾਰਾਂ ਨੇ ਮਿਲ ਕੇ ਮਾਰਕੀਟਿੰਗ ਕਰਨੀ ਸ਼ੁਰੂ ਕੀਤੀ ਪਹਿਲਾਂ ਅਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਫਾਇਦਾ ਦੇਖਿਆ ਤਾਂ ਹੋਰ ਜਿਹੜੀਆਂ ਫੈਮਲੀਆਂ ਵੀ ਜੁੜੀਆਂ ਵੀ ਨਹੀਂ ਇਹ ਪ੍ਰਾਈਜ਼ ਰੱਖਣ ਲਈ ਵਧੀਆ ਰੱਖਣ ਲਈ ਸੋਹਣਾ ਆ ਦੂਜਾ ਕੰਮ ਸ਼ੁਰੂ ਕੀਤਾ ਵੀ ਪੈਕਿੰਗ ਕੋਸਟ ਜਿੱਦਾਂ ਵਗੈਰਾ ਆ ਜਦੋਂ ਇਕੱਠਾ ਕੰਮ ਕਰਨ ਕਰਕੇ ਕੁਆਲਿਟੀ ਜਿਹੜੀ ਪੈਕ ਹੁੰਦੀ ਆ ਉਹ ਸੇਮ ਰਹੇ ਅਲੱਗ ਅਲੱਗ ਕੁਆਲਿਟੀ ਪੈਕ ਨਾ ਹੋਵੇ ਅਤੇ ਜਿਹੜੇ ਪੈਕਿੰਗ ਦੇ ਖਰਚੇ ਆ ਉਹ ਜਿਹੜੇ ਉਹਨਾਂ ਦੇ ਸਾਰੇ ਸਾਂਝੇ ਹੋ ਜਾਂਦੇ ਆ ਇਸੇ ਕਰਕੇ ਜਿਹੜਾ ਆ ਇਹ ਬਹੁਤ ਸਕਸੈਸਫੁਲ ਜਿਹੜਾ ਮਾਡਲ ਬਣਿਆ